ਸਲੋਕ ਮਹੱਲਾ ਪੰਜਵਾਂ। ਇਹ ਬਾਣੀ ਧੰਨ ਗੁਰੂ ਅਰਜਨ ਦੇਵ ਜੀ ਦੀ ਉਚਾਰਨ ਕੀਤੀ ਹੋਈ ਹੈ। ਫਰੀਦਾ ਭੂਬ ਰੰਗਾਵਲੀ ਮੰਝ ਵਿਸੂਲਾ ਬਾਗ। ਇਹ ਫਰੀਦ, ਇਹ ਧਰਤੀ ਤਾਂ ਸੁਹਾਵਣੀ ਹੈ, ਪਰ ਮਨੁੱਖੀ ਮਨ ਦੇ ਟੋਏ ਟਿੱਬਿਆਂ ਦੇ ਕਾਰਨ ਇਸ ਵਿੱਚ ਵਿਹੂਲਾ ਬਾਗ ਲੱਗਿਆ ਹੋਇਆ ਹੈ, ਜਿਸ ਵਿੱਚ ਦੁੱਖਾਂ ਦੀ ਅੱਗ ਭਲ ਰਹੀ ਹੈ। ਜੋ ਨਰ ਪੀਰ ਨਿਵਾਜਿਆ ਤਿਨਾ ਅੰਚ ਨਾ ਲਾਗ। ਜਿਸ ਜਿਸ ਮਨੁੱਖ ਨੂੰ ਸਤਿਗੁਰੂ ਨੇ ਉੱਚਾ ਕੀਤਾ ਹੈ, ਉਹਨਾਂ ਨੂੰ ਦੁੱਖ ਅਗਨੀ ਦਾ ਸੇਕ ਨਹੀਂ ਲੱਗਦਾ। ਮਹੱਲਾ ਪੰਜਵਾਂ। ਇਹ ਬਾਣੀ ਧੰਨ ਗੁਰੂ ਅਰਜਨ ਦੇਵ ਜੀ ਦੀ ਉਚਾਰਨ ਕੀਤੀ ਹੋਈ ਹੈ। ਫਰੀਦਾ ਉਮਰ ਸੁਹਾਵੜੀ ਸੰਗ ਸੁਵਨੜੀ ਦੇਹ। ਇਹ ਫਰੀਦ, ਉਹਨਾਂ ਬੰਦਿਆਂ ਦੀ ਜ਼ਿੰਦਗੀ ਸੌਖੀ ਹੈ ਅਤੇ ਸਰੀਰ ਵੀ ਸੋਹਣੇ ਰੰਗ ਵਾਲਾ ਭਾਵ ਰੋਗ ਰਹਿਤ ਹੈ। ਵੇਲੇ ਕੇਈ ਪਾਈਅਨ ਜਿਨ੍ਹਾਂ ਪਿਆਰੇ ਨੇਹ। ਜਿਨ੍ਹਾਂ ਦਾ ਪਿਆਰ ਪਿਆਰੇ ਪ੍ਰਭੂ ਨਾਲ ਹੈ, ਵਿਸੂਲਾ ਬਾਗ ਦੇ ਦੁੱਖ ਅਗਨੀ ਉਹਨਾਂ ਨੂੰ ਛੋਹਦੇ ਨਹੀਂ, ਪਰ ਅਜਿਹੇ ਬੰਦੇ ਕੋਈ ਵਿਰਲੇ ਹੀ ਮਿਲਦੇ ਹਨ। ਪੌੜੀ ਜਪ ਤਪ ਸੰਜਮ ਦਇਆ ਧਰਮ ਜਿਸ ਦੇਹ ਸੋ ਪਾਏ। ਹੇ ਭਾਈ, ਜਿਸ ਮਨੁੱਖ ਨੂੰ ਤੂੰ ਨਾਮ ਦੀ ਦਾਤ ਦਿੰਦਾ ਹੈ, ਉਹ ਮਾਨੋ ਜਪ ਤਪ ਸੰਜਮ ਦਇਆ ਅਤੇ ਧਰਮ ਪ੍ਰਾਪਤ ਕਰ ਲੈਂਦਾ ਹੈ। ਜਿਸੇ ਬੁਝਾਏ ਅਗਨ ਆਪ ਸੋ ਨਾਮ ਧਿਆਏ। ਪਰ ਤੇਰਾ ਨਾਮ ਉਹੀ ਸਿਮਰਦਾ ਹੈ ਜਿਸ ਦੀ ਤਿਸ਼ਨਾ ਅੱਗ ਤੂੰ ਆਪ ਬੁਝਾਉਂਦਾ ਹੈ। ਅੰਤਰਜਾਮੀ ਅਗਮ ਪੁਰਖ ਇੱਕ ਦ੍ਰਿਸ਼ਟ ਦਿਖਾਏ। ਘੱਟ ਘੱਟ ਦੀ ਜਾਣਨ ਵਾਲਾ ਅਪਹੁੰਚ ਵਿਆਪਕ ਪ੍ਰਭੂ ਜਿਸ ਮਨੁੱਖ ਵੱਲ ਮਿਹਰ ਦੀ ਇੱਕ ਨਿਗਾਹ ਕਰਦਾ ਹੈ। ਸਾਧ ਸੰਗਤ ਕੈ ਆਸਰੈ ਪ੍ਰਭ ਸਿਉਂ ਰੰਗ ਲਾਏ। ਉਹ ਸਾਧ ਸੰਗਤ ਦੇ ਆਸਰੇ ਰਹਿ ਕੇ ਪ੍ਰਭੂ ਨਾਲ ਪਿਆਰ ਪਾ ਲੈਂਦਾ ਹੈ। ਔਗਣ ਕੱਟ ਮੁਖ ਉਜਲਾ ਹਰ ਨਾਮ ਤਰਾਏ। ਪ੍ਰਭੂ ਉਸਦੇ ਸਾਰੇ ਔਗਣ ਕੱਟ ਕੇ ਉਸ ਨੂੰ ਸੁਰਖਰੂ ਕਰਦਾ ਹੈ ਅਤੇ ਆਪਣੇ ਨਾਮ ਦੇ ਰਾਹੀਂ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ। ਜਨਮ ਮਰਨ ਭਉ ਕੱਟਿਓਨ ਫਿਰ ਜੋਨ ਨਾ ਪਾਏ। ਉਸ ਪ੍ਰਭੂ ਨੇ ਉਸ ਮਨੁੱਖ ਦਾ ਜਨਮ ਮਰਨ ਦਾ ਡਰ ਦੂਰ ਕਰ ਦਿੱਤਾ ਹੈ ਅਤੇ ਉਸ ਨੂੰ ਮੁੜ ਜਨਮ ਮਰਨ ਦੇ ਗੇੜ ਵਿੱਚ ਨਹੀਂ ਪਾਉਂਦਾ। ਅੰਧਕੂਪ ਤੇ ਕਾਢੀਅਨ ਲੜ ਆਪ ਫੜਾਏ। ਪ੍ਰਭੂ ਨੇ ਜਿਨ੍ਹਾਂ ਨੂੰ ਆਪਣਾ ਪੱਲਾ ਫੜਾਇਆ ਹੈ, ਉਹਨਾਂ ਨੂੰ ਮਾਇਆ ਦੇ ਘੁੱਪ ਹਨੇਰੇ ਖੂਹ ਵਿੱਚੋਂ ਬਾਹਰ ਕੱਢ ਲਿਆ ਹੈ। ਨਾਨਕ ਬਖਸ਼ ਮਿਲਾਈਅਨ ਰੱਖੇ ਗੱਲ ਲਾਏ। ਹੇ ਨਾਨਕ, ਪ੍ਰਭੂ ਨੇ ਉਹਨਾਂ ਨੂੰ ਮਿਹਰ ਕਰਕੇ ਆਪਣੇ ਨਾਲ ਮਿਲਾ ਲਿਆ ਹੈ, ਆਪਣੇ ਗਲ ਨਾਲ ਲਾ ਲਿਆ ਹੈ। ਸਲੋਕ ਮਹੱਲਾ ਪੰਜਵਾਂ। ਇਹ ਬਾਣੀ ਧੰਨ ਗੁਰੂ ਅਰਜਨ ਦੇਵ ਜੀ ਦੀ ਉਚਾਰਨ ਕੀਤੀ ਹੋਈ ਹੈ। ਮੁਹੱਬਤ ਜਿਸ ਖੁਦਾਏ ਦੀ ਰੱਤਾ ਰੰਗ ਚਲੂਲ। ਜਿਸ ਮਨੁੱਖ ਨੂੰ ਰੱਬ ਦਾ ਪਿਆਰ ਪ੍ਰਾਪਤ ਹੋ ਜਾਂਦਾ ਹੈ ਅਤੇ ਉਹ ਉਸ ਪਿਆਰ ਦੇ ਗੂੜੇ ਰੰਗ ਵਿੱਚ ਰੰਗਿਆ ਜਾਂਦਾ ਹੈ। ਨਾਨਕ ਵਿਰਲੇ ਪਾਈ ਹੈ ਤਿਸ ਜਨ ਕੀਮ ਨਾ ਮੂਲ। ਉਸ ਮਨੁੱਖ ਦਾ ਮੁੱਲ ਬਿਲਕੁਲ ਨਹੀਂ ਪੈ ਸਕਦਾ, ਪਰ ਹੇ ਨਾਨਕ, ਅਜਿਹੇ ਬੰਦੇ ਵਿਰਲੇ ਹੀ ਲੱਭਦੇ ਹਨ। ਮਹੱਲਾ ਪੰਜਵਾਂ। ਇਹ ਬਾਣੀ ਧੰਨ ਗੁਰੂ ਅਰਜਨ ਦੇਵ ਜੀ ਦੀ ਉਚਾਰਨ ਕੀਤੀ ਹੋਈ ਹੈ। ਅੰਦਰ ਵਿਦਾ ਸੱਚ ਨਾਏ ਬਾਹਰ ਵੀ ਸੱਚ ਟਿਡੋਮ। ਜਦੋਂ ਮੇਰਾ ਅੰਦਰਲਾ ਭਾਵ ਮਨ ਸੱਚੇ ਨਾਮ ਵਿੱਚ ਵਿੱਜ ਗਿਆ ਤਾਂ ਮੈਂ ਬਾਹਰ ਵੀ ਉਸ ਸਦਾ ਤਿਰ ਪ੍ਰਭੂ ਨੂੰ ਵੇਖ ਲਿਆ। ਨਾਨਕ ਰਵਿਆ ਹੱਬ ਥਾਏ ਵਨ ਤ੍ਰਿਨ ਤ੍ਰਿਭਵਨ ਰੋਮ। ਹੇ ਨਾਨਕ, ਹੁਣ ਮੈਨੂੰ ਇਉਂ ਦਿਸਦਾ ਹੈ ਕਿ ਪ੍ਰਭੂ ਹਰੇਕ ਥਾਂ ਵਿੱਚ ਮੌਜੂਦ ਹੈ। ਹਰੇਕ ਵਣ ਟੀਲੇ ਸਾਰੇ ਹੀ ਤ੍ਰਿਭਵਨ ਸੰਸਾਰ ਵਿੱਚ ਰੋਮ ਰੋਮ ਵਿੱਚ ਪਰਮਾਤਮਾ ਹੈ। ਪੌੜੀ ਆਪੇ ਕੀਤੋ ਰਚਨ ਆਪੇ ਹੀ ਰਤਿਆ। ਇਹ ਜਗਤ ਰਚਨਾ ਪਰਮਾਤਮਾ ਨੇ ਆਪ ਹੀ ਰਚੀ ਹੈ ਅਤੇ ਆਪ ਹੀ ਇਸ ਵਿੱਚ ਮਿਲਿਆ ਹੋਇਆ ਹੈ। ਆਪੇ ਹੋਇਓ ਏਕ ਆਪੇ ਬਹੁ ਪੱਤਿਆ। ਕਦੇ ਰਚਨਾ ਨੂੰ ਸਮੇਟ ਕੇ ਇੱਕ ਆਪ ਹੀ ਆਪ ਹੋ ਜਾਂਦਾ ਹੈ ਅਤੇ ਕਦੇ ਅਨੇਕਾਂ ਰੰਗਾਂ ਰੂਪਾਂ ਵਾਲਾ ਹੋ ਜਾਂਦਾ ਹੈ। ਆਪੇ ਸਭਨਾ ਮੰਝ ਆਪੇ ਬਾਹਰਾ।
परमात्मा आप ही सारे जीवां विच मौजूद है अते निर्लेप भी आप ही है। आपे जाने दूर आपे ही जाहरा। हे परमात्मा, तू आप ही अपने आप नू रचना तो वखरा जानदा है अते आप ही हर थां हाजर नाजर है। आपे होवै गुप्त आपे प्रगटी है। तू आप ही लुकिया होया है अते प्रगट भी आप ही है। कीमत किसे ना पाए तेरी थट्टी है। तेरी इस रचना दा मुल किसे ने नहीं पाया। गहर गंभीर अथाहो अपार अगनत तू। तू गंभीर है तेरी हाथ नहीं पै सकदी। तू बेअंत है तेरे गुण गिने नहीं जा सकदे। नानक वर्तै इक इको इक तू सुध। हे नानक, हर थां एक प्रभु ही मौजूद है। हे प्रभु, एक तू ही तू है। राम कली की वार राय बलवंड तथा सत्य डोम आखी। राम कली रागनी दी ए ओ वार है जो राय बलवंड ने अते सत्य डोम ने सुनाई सी। एक ओंकार सतगुर प्रसाद। परमात्मा एक है अते सतगुरु दी कृपा दे नाल मिलदा है। ना ओ करता कादर करे क्यों बोल होवै जोखी वदै। किसे पुरख दा जो नामना कादर करता आप उच्चा करे उसनु तोलन लई किसे पासो कोई गल नहीं हो सकदी। भाव मैं बलवंड विचारा कौन हाँ जो गुरु जी दे उच्चे मरतबे नू बयान कर सकां। दे गुणा सत भैन भराव है पारंगत दान पड़ी वदै। संसार समुद्र तो पार लंघा सकण वाली आत्मक अवस्था दी बख्शिश हासिल करन लई जो सत आदिक रब्बी गुण लोग बड़े जतना नाल अपने अंदर पैदा करदे हन। ओ गुण सतगुरु जी दे तां भैन भराव हन। भाव उना दे अंदर तां सुभावक ही मौजूद हन। नानक राज चलाया सच कोट सतानी नीव दै। इस उच्चे नामने वाले गुरु नानक देव जी ने सच रूप किला बना के अते पक्की नींव रख के धर्म दा राज चलाया है। लहने तरियों छत सिर कर सिफती अमृत पीव दै। बाबा लहना जी दे सिर उत्ते जो सिफसला करके आत्मक जीवन देन वाला नाम जल पी रहे सन गुरु नानक देव जी ने गुरियाई दा छतर तरिया। मत गुर आत्म देव दी खड़ग जोर पराकुए जीए तै। गुरु अकाल पुरख दी बख्शी होई मत रूप तलवार नाल जोर नाल अते बल नाल अंदरों पहला जीवन कट के आत्मक जिंदगी बख्श के गुर चेले रह रास की नानक सलामत थीव दै। हुण अपनी सलामती विच ही गुरु नानक देव जी ने अपने सिख बाबा लैणा जी अगे मत्था टेकिया। सह टिका दितोस जीव दै। अते सतगुरु जी ने ज्योंदियां ही गुरियाई दा तिलक बाबा लैणा जी नूं दे दिता। वाहिगुरु जी का खालसा वाहिगुरु जी की फतेह।